ਤਾਂ ਡੀਸੀ ਦਫ਼ਤਰ ਦੇ ਸਾਹਮਣਿਓਂ ਹਥਿਆਰ ਚੋਰੀ ਕਰਕੇ ਲੈ ਗਏ ਨੇ ਚੋਰ। ਵੱਡੀ ਵਾਰਦਾਤ ਕਰਨ ਦੀ ਪਲਾਨਿੰਗ ਹੋ ਸਕਦੀ ਹੈ, ਇਸ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ। ਤਾਂ ਇੱਕ ਦੁਕਾਨ ਦੇ ਅੰਦਰੋਂ ਜਿੱਥੇ ਅਸਲਾ ਵੇਚਿਆ ਜਾਂਦਾ ਸੀ, ਅਸਲੇ ਦੇ ਡੀਲਰ ਦੀ ਦੁਕਾਨ ਤੇ ਚੋਰੀ ਹੋਈ ਹੈ। ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਸਲਾ ਚੋਰੀ ਹੋਇਆ ਏ, ਨਾਲ ਰੌਂਦ ਵੀ ਚੋਰੀ ਹੋਏ ਨੇ। ਤਾਂ ਕੁਆਂਟਿਟੀ ਕਿੰਨੀ ਹੈ, ਕਿੰਨੇ ਅਸਲੇ ਚੋਰੀ ਹੋਏ, ਇਹ ਹੁਣ ਤੱਕ ਸਾਹਮਣੇ ਨਹੀਂ ਆ ਚੁੱਕਿਆ। ਤਾਂ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹਥਿਆਰਾਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ। ਤਾਲੇ ਤੋੜ ਕੇ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਹਥਿਆਰ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਦੱਸ ਦਈਏ ਕਿ ਲਸੰਸੀ ਅਸਲਿਆਂ ਦੀ ਦੁਕਾਨ ਸੀ, ਜਿਸ ਦੇ ਸ਼ਟਰ ਨੂੰ ਚੋਰਾਂ ਦੇ ਵੱਲੋਂ ਤੋੜਿਆ ਗਿਆ ਅਤੇ ਕਈ ਤਰੀਕੇ ਦੇ ਅਸਲਿਆ ਚੋਰੀ ਕਰ ਲਏ ਗਏ ਨੇ। ਤਾਂ ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਇਹ ਚੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕਰ ਰਹੇ ਨੇ, ਕਿਉਂਕਿ ਹਥਿਆਰ ਇਹ ਵੇਚਣ ਦੇ ਲਈ ਇਹਨਾਂ ਨੇ ਚੋਰੀ ਕੀਤੇ ਹੋਣਗੇ ਜਾਂ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਇਹ ਪਲੈਨਿੰਗ ਕਰ ਰਹੇ ਹੋਣਗੇ। ਤਾਂ ਦੱਸ ਦਈਏ ਕਿ SSP ਸੰਗਰੂਰ ਸਤਿੰਦਰ ਸਿੰਘ ਚਾਹਲ, ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੌਕੇ 'ਤੇ ਕਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਫੋਰੈਂਸਿਕ ਟੀਮ ਪਹੁੰਚ ਗਈ ਹੈ, ਦੇਖ ਸਕਦੇ ਹੋ ਤਸਵੀਰਾਂ, ਸਪੈਸ਼ਲ ਡੌਗ ਪਹੁੰਚ ਚੁੱਕੇ ਨੇ ਮੌਕੇ 'ਤੇ। ਇਕੱਲਾ ਸਬੂਤ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਚੋਰਾਂ ਨੂੰ ਫੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ SSP ਤੋਂ ਜਾਣਦੇ ਹਾਂ ਕਿ ਆਖਿਰਕਾਰ ਚੋਰੀ ਕਿੰਨੇ ਅਸਲਿਆਂ ਦੀ ਹੋਈ ਹੈ। ਇੱਥੇ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਗਨ ਹਾਊਸ ਦੇ ਵਿੱਚ ਇਹ ਚੋਰੀ ਹੋਈ ਹੈ, ਉਹਨੇ ਸਟੋਕ ਟੇਕਿੰਗ ਚੱਲ ਰਹੀ ਹੈਗੀ ਅਤੇ ਅਸੀਂ ਆਪਣੀ ਟੀਮਸ ਬਣਾ ਕੇ ਜਿਹੜੇ ਅਕਿਊਜ਼ ਆ ਉਹਨੂੰ ਆਈਡੈਂਟੀਫਾਈ ਅਤੇ ਨੈਬ ਕਰਨ ਵਾਸਤੇ ਪੂਰੇ ਜ਼ੋਰ ਲਾ ਰਹੇ ਹਾਂ, ਪੂਰੀ ਐਫਰਟਸ ਕਰ ਰਹੇ ਹਾਂ। ਸਰ ਕਿੰਨਾ ਕੁ ਸ਼ੁਰੂਆਤੀ ਤੌਰ 'ਤੇ ਕਿੰਨਾ ਕੁ ਪਤਾ ਚੱਲਿਆ ਵੀ ਕਿੰਨਾ ਕੁ ਨੁਕਸਾਨ ਹੋਇਆ? ਕੁਝ ਜ਼ਿਆਦਾ ਜਿਹੜਾ ਓਨਰਸ ਦੇ ਮੁਤਾਬਿਕ ਹੀ ਬਿਲਕੁਲ ਮਿਨੀਮਲ ਹੋਇਆ ਹੈਗਾ ਅਤੇ ਉਹੀ ਦੱਸ ਰਹੇ ਹੈਗੇ ਕਿ ਕੁਛ ਦੇਰ ਵਿੱਚ ਆਪਣੀ ਸਾਰੀ ਸਟੋਕ ਟੇਕਿੰਗ ਵੀ ਕਰ ਲੈਣਗੇ, ਉਹ ਇਸ ਟਾਈਮ ਇਸ 'ਤੇ ਹੀ ਲੱਗੇ ਹੋਏ ਆ। ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜੈਕਟ ਫਿਗਰ ਦੇ ਪਾਵਾਂਗੇ। ਸਰ ਇਹਨਾਂ ਨੇ ਕੋਈ ਸਿਕਿਉਰਿਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ, CCTV ਕੈਮਰਾ ਲੱਗਿਆ ਨਹੀਂ ਹੋਇਆ ਸੀ? ਜਿਹੜਾ ਕੁਝ ਫੁਟੇਜ ਵਗੈਰਾ ਰਿਲੇਟਡ ਚੀਜ਼ਾਂ ਹੈ ਉਹ ਮੈਂ ਤਫਤੀਸ਼ ਦੇ ਬਾਅਦ ਦੱਸ ਪਾਵਾਂਗਾ, ਸਿਕਿਉਰਿਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ। ਸਰ ਕਿਵੇਂ ਘਟਨਾ ਹੋਈ ਹੈ, ਕਿੰਨੇ ਬੰਦੇ ਹੋਈ ਹੈ? ਬੰਦੇ ਸੀਗੇ, ਘਟਨਾ ਹੋਈ ਕਿਵੇਂ ਹੈ? ਬੰਦੇ ਦੋ, ਹਾਲੇ ਤਾਂ ਦੋ ਹੀ ਦਿੱਸੇ ਹੈਗੇ ਅਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਅਤੇ ਅਸੀਂ ਸਾਰੇ ਪਾਸੇ ਉਪਰਾਲੇ ਕਰ ਰਹੇ ਹਾਂ। ਅਸੀਂ ਸੀਕ੍ਰੇਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਅਤੇ ਇਸ ਪਿੱਛੇ ਕੌਣ ਹੈ। ਕਿੰਨੇ ਕੁ ਵਜੇ ਦੀ ਘਟਨਾ ਸਰ? ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਜੀ। ਸਰ ਸਿਕਿਉਰਿਟੀ ਗਾਰਡ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ? ਜੀ ਜ਼ਰੂਰੀ ਹੈਗਾ ਅਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਜਦੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਪਹਿਲੂ ਦੇ ਡੂੰਘਾਈ ਨਾਲ ਪੜਤਾਲ ਕਰਾਂਗੇ। ਸਰ ਕੀ ਸੀਗਾ ਇੱਥੇ ਜੋ ਕਮੀਆਂ ਸੀ CCTV ਦੇ ਵਿੱਚ? ਹੁਣ ਤਾਂ ਕੋਈ ਸਾਹਮਣੇ ਆਇਆ? ਉਹੀ ਮੈਂ ਤੁਹਾਨੂੰ ਦੱਸਿਆ ਜੀ, ਹਾਲੇ ਤੱਕ ਕਿ ਜਿਹੜੇ ਦੋ ਸਾਨੂੰ ਇੰਡੀਵਿਜੁਅਲਸ ਦੇ ਬਾਰੇ ਕੁਛ ਪਤਾ ਚੱਲਿਆ ਹੈਗਾ ਅਤੇ ਅਸੀਂ ਉਸ ਦੇ ਅੱਗੇ ਹੁਣ ਖੰਗਾਲ ਰਹੇ ਹਾਂ, ਸਭ ਕੁਝ ਐਫਰਟਸ ਕਰਾਂਗੇ, ਸਾਡੀ ਟੀਮ ਲੱਗੀਆਂ ਹੋਈਆਂ ਨੇ। ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ, ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ, ਵਿਚਰਦੇ ਹੋ, ਕੋਈ ਵੀ ਲੀਡਸ ਮਿਲਣ ਤਾਂ DSP ਸਾਹਿਬ ਜਾਂ ਮੈਨੂੰ ਪਲੀਜ਼ ਇਨਫੋਰਮ ਕਰਿਓ। ਧੰਨਵਾਦ। ਚੈਨ ਸਾਹਿਬ, ਜਿਹੜੇ ਗਨ ਹਾਊਸ ਦੀਆਂ ਹਦਾਇਤਾਂ ਨੇ ਸਰਕਾਰ ਦੀਆਂ ਵੀ ਉਹ ਪੂਰੀਆਂ ਕਰਦੇ ਨੇ? ਮੈਂ ਇਸ ਟਾਈਮ 'ਤੇ ਇਹੀ, ਜਦੋਂ ਇਹ ਪਹਿਲਾਂ ਸਟੋਕ ਟੇਕਿੰਗ ਕਰ ਲਏ, ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਅਤੇ ਪ੍ਰੋਪਰਲੀ ਇਸ ਨੋਟਿਸ ਦੇ ਬਾਵਜੂਦ ਵੀ ਜੋ ਕਮੀ ਆਈ ਹੈ ਉਸ 'ਤੇ ਐਕਸ਼ਨ ਵੀ ਹੋਊਗਾ। ਕਾਰਵਾਈ ਹੋਊਗੀ ਜੀ? ਬਿਲਕੁਲ ਹੋਊਗੀ ਜੀ। ਪਹਿਲਾਂ ਅਸੀਂ ਲੇਕਿਨ ਜਿਹੜਾ ਹੁਣੇ ਇਹ ਹੋਈ ਹੈ ਇੰਸੀਡੈਂਟ, ਸਾਡਾ ਫੋਕਸ ਪਹਿਲਾਂ ਇਸ 'ਤੇ ਹੈ। ਇਹ ਰਾਤ ਦੀ ਹੈ ਜੀ, ਅਤੇ ਮਤਲਬ ਉਹ ਤਾਂ ਹੋਇਆ ਪਰ ਬੱਚਤ ਹੈਗੀ ਜਿਹੜੀ ਗੱਲ ਹੈ। ਕੁਛ ਵੀ ਨਹੀਂ ਚੋਰੀ ਹੋਇਆ? ਨਹੀਂ, ਸਾਰੀ ਬੱਚਤ ਹੈ ਜੀ। ਚੈੱਕ ਕਰ ਲਿਆ ਤੁਸੀਂ ਸਰ? ਉਹ ਚੈੱਕ ਚੱਲ ਰਿਹਾ ਜੀ, ਹਾਲ ਤਾਂ ਇਹ ਕੋਈ ਲੰਬਾ ਕੰਮ ਹੈ, ਸਾਰੇ ਹਰੇਕ ਅਸਲੇ ਨੂੰ ਕਾਰਸ ਹਰ ਚੀਜ਼ ਨੂੰ ਮਿਲਾਵਾਂਗੇ। ਲੱਗਦੀ ਹੈ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜੇ ਗੱਲ ਕਰੀਏ ਵੀ ਲੋਕ ਤੋੜਿਆ ਕੀ ਕੀਤਾ? ਮਤਲਬ ਜੇ ਲੋਕ ਹੀ ਤੋੜੇ ਜੀ। ਸਰ ਕੀ ਚੋਰ ਅੰਦਰ ਆ ਗਏ ਸੀਗੇ ਤੁਹਾਡੀ ਦੁਕਾਨ ਦੇ? ਨਹੀਂ, ਆ ਤਾਂ ਗਏ ਪਰ ਬੱਚੇ ਤਾਂ ਰਹਿ ਗਈ ਜਾਣੀ, ਕੋਈ ਖੜਕਾ ਲੜਕਾ ਸੁਣ ਕੇ ਭੱਜ ਗਏ।
ਕੋਈ ਹਾਲੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਾਲੇ ਤਾਂ ਜਦੋਂ ਕੋਈ ਕਨਫਰਮ ਹੋਊਗਾ ਹਾਲੇ ਤਾਂ ਇੱਕ ਨਿਗਾਹ 'ਚ ਐਂ ਲੱਗ ਰਿਹਾ ਕੁਛ ਨਹੀਂ ਗਿਆ ਸਭ ਕੁਛ ਓਕੇ ਹੈ ਉਹ ਚੈੱਕ ਕਰਾਂਗੇ ਜੀ ਹੈ ਜੀ ਹਾਂਜੀ ਸਭ ਕੁਛ ਹੈਗਾ ਸਭ ਕੁਛ ਹੈਗਾ ਜੀ ਹਰ ਚੀਜ਼ ਹੈਗੀ ਇਹ ਤਾਂ ਬੱਚਤ ਰਹੇਗੀ ਬਸ ਵੀ ਜਿਵੇਂ ਕਹਿ ਦਈਏ ਵੀ ਜਾਂ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਅਤੇ ਉਹਦੇ ਨਾਲ ਭੱਜ ਗਿਆ ਅਸਲ 'ਚ ਇਹ ਵਾਲੇ ਕੈਮਰੇ ਕੁਮਰੇ ਸਭ ਘੁੰਮਾ ਤੇ ਉਹਨਾਂ ਨੇ ਆਉਂਦੇ ਹਾਂਜੀ ਹਾਂਜੀ ਇਹ ਚੈੱਕ ਕੀਤਾ ਉਹ ਘੁੰਮਾ ਤੇ ਨਹੀਂ ਸਾਰੇ ਇਹ ਘੁੰਮਾ ਤੇ ਕੈਮਰੇ ਉਹਨਾਂ ਨੇ ਅੰਦਰਲੇ 'ਚ ਬਸ ਅੰਦਰ ਵੜਦੇ ਉਹਨਾਂ ਨੇ ਉਹ ਵੀ ਘੁੰਮਾ ਤਾ ਅਤੇ ਉਸ ਤੋਂ ਬਾਅਦ ਕੋਈ ਨਾ ਕੋਈ ਤੁਹਾਡਾ ਸਿਕਿਉਰਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ੍ਹ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਜੀ ਆਮ ਰੂਟੀਨ 'ਚ ਤੁਹਾਨੂੰ ਕਦੋਂ ਪਤਾ ਲੱਗਿਆ ਕਿਵੇਂ ਜੀ ਨਹੀਂ ਨਹੀਂ ਭਾਅ ਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਏ ਨਹੀਂ ਹਾਲੇ ਤੱਕ ਸਾਡੀ ਗਿਣਤੀ 'ਚ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਹਾਂ ਜਦੋਂ ਹੋ ਜੂ ਕਲੀਅਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੋਊ ਇਹਨਾਂ ਨੂੰ ਦੱਸਾਂਗੇ ਆਪਾਂ